ਉਹ ਕਹਿੰਦੇ ਆ ਪਰਦਾ ਉੱਠਣੇ ਵਾਲਾ ਹੈ, ਜਦੋਂ ਪਰਦਾ ਹੀ ਉੱਠਣ ਵਾਲਾ ਹੈ, ਮੀਟਿੰਗ ਹੋਣ ਵਾਲੀ ਹੈ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਹਮਣੇ ਆ ਹੀ ਜਾਣਾ ਤੁਹਾਡੇ। ਔਰ ਮੇਰੇ ਖਿਆਲ ਹੈ ਕਿ ਸਾਨੂੰ 5 ਵਜੇ ਤੱਕ ਵੇਟ ਕਰਨੀ ਚਾਹੀਦੀ। ਹਾਈਕਮਾਨ ਨੇ CLP ਦੀ ਮੀਟਿੰਗ ਬੁਲਾਈ ਹੈ ਔਰ ਉਹਦੇ ਵਾਸਤੇ ਜਿਹੜੇ ਕੁਛ ਲੋਕਾਂ ਦੇ ਸ਼ੰਕੇ ਹੈਗੇ ਆ, ਕਈ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਹੈਗੀਆਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਾਈਕਮਾਨ ਨੇ ਅੱਜ ਆਲ ਇੰਡੀਆ ਕਾਂਗਰਸ ਦੇ 2 ਸੀਨੀਅਰ ਅਬਜ਼ਰਵਰ, ਜਿਨ੍ਹਾਂ ਦੇ ਵਿੱਚ ਅਜੇ ਮਾਕਨ ਜੀ ਸਾਡੇ ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਹੈ, ਔਰ ਰਾਜਸਥਾਨ ਦੇ ਮੰਤਰੀ ਨੇ ਹਰੀਸ਼ ਚੌਧਰੀ ਜੀ, ਇਹ 2 ਅਬਜ਼ਰਵਰ ਜਿਹੜੇ ਹੈ ਉਹਨਾਂ ਨੂੰ ਨਾਲ ਭੇਜਿਆ। ਅੱਜ 5 ਵਜੇ ਚੰਡੀਗੜ੍ਹ ਵਿੱਚ ਇਹ ਜਿਹੜੀ ਹੈ CLP ਦੀ ਮੀਟਿੰਗ ਹੋਏਗੀ ਔਰ ਉਹਦੇ ਵਾਸਤੇ ਜੋ ਹਾਈਕਮਾਂਡ ਦਾ ਦਿਸ਼ਾ ਨਿਰਦੇਸ਼ ਉਹ ਲੈ ਕੇ ਆਉਣਗੇ ਜਾਂ ਉਹ ਸੁਣਨ ਤੋਂ ਬਾਅਦ ਸਾਰਿਆਂ ਨੂੰ ਜੋ ਫੈਸਲਾ ਕਰਨਗੇ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਏਗਾ ਔਰ ਅਸੀਂ ਸਾਰੇ ਹਾਈਕਮਾਂਡ ਦੇ ਫੈਸਲੇ ਦੇ ਨਾਲ ਖੜ੍ਹੇ ਰਹਾਂਗੇ। CLP ਦੀ ਮੀਟਿੰਗ ਹੈਗੀ ਆ ਯਾਰ, ਉਹਦੇ ਤੋਂ ਇਲਾਵਾ ਨਹੀਂ ਮੈਨੂੰ ਪਤਾ, ਲੇਕਿਨ ਮੈਂ ਤਾਂ ਕਿਉਂਕਿ ਮੀਟਿੰਗ ਮੈਂ ਸਵੇਰੇ ਆਇਆ ਸੀ ਅਰੇਂਜਮੈਂਟਸ ਦੇਖਣ, ਹੁਣ ਦੇਖਦੇ ਹਾਂ ਅਰੇਂਜਮੈਂਟਸ ਦੇਖ ਕੇ। ਯਾਰ ਇਹ ਤਾਂ ਸਾਡੇ ਪ੍ਰੈਰੋਗੇਟਿਵ ਦੇ ਵਿੱਚ ਨਹੀਂ ਹੈਗੀ, ਇਹ ਤਾਂ ਮੀਟਿੰਗ ਦੇ ਵਿੱਚ ਡਿਸਕਸ਼ਨ ਤੋਂ ਬਾਅਦ ਹੀ ਜਿਹੜੀ ਗੱਲ ਸਾਹਮਣੇ ਆਉਂਦੀ। ਇਹ ਸਾਰੀਆਂ ਕਿਆ ਸਰਾਈਆਂ ਕੈਫੇ ਆ ਉਹ ਲਗਾਈ ਜਾਂਦੇ ਆ, ਸਭ ਲੋਕ ਲਗਾਈ ਜਾਂਦੇ, ਲੇਕਿਨ ਮੇਰਾ ਐਸਾ ਮੰਨਣਾ ਹੈ ਕਿ ਜਿਹੜੀ ਰਾਏ ਹੁਣ ਮੀਟਿੰਗ ਹੀ ਬੁਲਾ ਲਈ, ਜਦੋਂ ਹੁਣ ਤਾਂ ਜਿਹਨੂੰ ਕਹਿੰਦੇ ਆ ਪਰਦਾ ਉੱਠਣੇ ਵਾਲਾ ਹੈ, ਜਦੋਂ ਪਰਦਾ ਹੀ ਉੱਠਣ ਵਾਲਾ ਹੈ, ਮੀਟਿੰਗ ਹੋਣ ਵਾਲੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਹਮਣੇ ਆ ਹੀ ਜਾਣਾ ਤੁਹਾਡੇ। ਔਰ ਮੇਰੇ ਖਿਆਲ ਹੈ ਕਿ ਸਾਨੂੰ 5 ਵਜੇ ਤੱਕ ਵੇਟ ਕਰਨੀ ਚਾਹੀਦੀ। ਇਹ ਜਿਹੜੀ ਪਾਰਟੀ ਹੈ ਇਹ ਪੰਜਾਬ ਦੇ ਭਲੇ ਲਈ ਹੈ, ਸਰਕਾਰ ਪੰਜਾਬ ਦੇ ਭਲੇ ਲਈ ਕੰਮ ਕਰਦੀ ਹੈ ਔਰ ਆਉਣ ਵਾਲਾ ਸਮਾਂ ਵੀ ਪੰਜਾਬ ਦੇ ਭਲੇ ਲਈ ਕੰਮ ਕਰੇਗਾ। ਔਰ ਮੈਂ ਮਹਿਸੂਸ ਇਹ ਕਰਦਾ ਕਿ ਕਾਂਗਰਸ ਪਾਰਟੀ ਦੀ ਜਿਹੜੀ ਹੁਣ ਮੀਟਿੰਗ ਹੋਣ ਜਾ ਰਹੀ ਹੈ, ਜਿਹਦੇ ਵਿੱਚ ਇਹ 2 ਸੀਨੀਅਰ ਅਬਜ਼ਰਵਰ ਜਿਹੜੇ ਹੈ ਉਹ ਆ ਰਹੇ ਹੈ, ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਕੋਈ ਉਹ ਸੰਦੇਸ਼ ਲੈ ਕੇ ਆਉਣਗੇ ਜਾਂ ਉਹ ਸੁਣ ਕੇ ਜਿਹੜਾ ਉੱਪਰ ਉਹ ਮੈਸੇਜ ਦੇਣਗੇ, ਫਿਰ ਹਾਈਕਮਾਂਡ ਜੋ ਫੈਸਲਾ ਕਰੇਗਾ ਅਸੀਂ ਉੱਥੇ ਖੜ੍ਹੇ ਉਤਰਾਂਗੇ।